ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ 24 ਘੰਟੇ ਦੀ ਹੌਟਲਾਈਨ ਦੀ ਅੱਜ ਤੋਂ ਸ਼ੁਰੂਆਤ ਹੋਈ ਹੈ। 22 ਲੱਖ ਦੇ ਇਸ ਪ੍ਰੋਜੈਕਟ ਦਾ ਉਦਘਾਟਨ ਡੇਰਾ ਬਾਬਾ ਨਾਨਕ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ। ਇਸ ਮੌਕੇ ਪਾਵਰ ਕਾਰਪੋਰੇਸ਼ਨ ਦੇ ਕਈ ਵੱਡੇ ਅਧਿਕਾਰੀ ਵੀ ਪਹੁੰਚੇ ਹੋਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਹਲਕੇ ਅਤੇ ਖਾਸ ਤੌਰ ਤੇ ਕਲਾਨੌਰ ਦੇ ਲੋਕਾਂ ਵੱਲੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ, ਜੋ ਕਿ ਅੱਜ ਪੂਰੀ ਹੋਈ ਹੈ, ਜਿਸ ਤੋਂ ਬਾਅਦ ਹੁਣ ਕਲਾਨੌਰ ਦੇ ਹਸਪਤਾਲ ਦੇ ਵਿੱਚ 24 ਘੰਟੇ ਬਿਜਲੀ ਸਪਲਾਈ ਰਹੇਗੀ। ਅੱਜ ਦਾ ਜਿਹੜਾ ਉਦਘਾਟਨ ਹੋਇਆ, ਇਹ ਜਿਹੜਾ ਪਿਛਲੇ ਲਗਭਗ 25-30 ਸਾਲ ਤੋਂ ਇੱਥੇ ਡਿਮਾਂਡ ਸੀਗੀ, ਜਿਹੜਾ ਬਲੱਡ ਸਟੋਰੇਜ ਕਰਨ ਵਾਸਤੇ ਹੌਟਲਾਈਨ ਦੀ ਜ਼ਰੂਰਤ ਸੀਗੀ, ਤਾਂ ਬੜਾ ਲੰਮਾ ਸਮੇਂ ਤੋਂ ਇਹ ਜ਼ਰੂਰਤ ਜਿਹੜੀ ਅੱਜ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੀ ਹੋਈ ਹੈ। ਤਾਂ ਕਲਾਨੌਰ ਦੇ ਵਾਸੀਆਂ ਨੂੰ ਤਾਂ ਜਿਹੜਾ ਸਾਰੇ ਇਲਾਕੇ ਨੂੰ ਮੇਰੇ ਖਿਆਲ ਇਹਦੀ ਬੜੀ ਵੱਡੀ ਸਹੂਲਤ ਜਿਹੜੀ ਉਹ ਮਿਲਣ ਅੱਜ ਤੋਂ ਸ਼ੁਰੂ ਹੋ ਗਈ ਹੈ। ਤਾਂ ਇਹ ਸਾਰੀ ਜਿਹੜੀ ਆ, ਜਿਹੜਾ ਸਿਹਰਾ ਜਿਹੜਾ ਇਹਦਾ, ਇਹ ਬੋਪਰਾ ਸਾਹਿਬ ਮੇਰੇ ਲਾਗੇ ਖੜ੍ਹੇ ਨੇ, SMO ਸਾਹਿਬ ਖੜ੍ਹੇ ਨੇ, SDO ਸਾਹਿਬ ਖੜ੍ਹੇ ਨੇ, ਇਹ ਸਾਰੀ ਸਮੁੱਚੀ ਟੀਮ ਜਿਹੜੀ ਹੈ, ਇਹਨਾਂ ਨੇ ਸਾਰਿਆਂ ਨੇ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਹੈ। ਸਾਰਿਆਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਅਤੇ ਜਿਹੜਾ ਅੱਜ ਸਮਾਂ ਆ ਗਿਆ, ਆਪਾਂ ਜਿਹੜਾ ਹੋਟਲਾਈਨ ਨੂੰ ਅੱਜ ਜਿਹੜਾ ਸ਼ੁਰੂ ਕਰ ਦਿੱਤਾ। ਇਹ ਲਗਭਗ 22 ਲੱਖ ਦੀ ਕੀਮਤ ਜਿਹੜੀ ਹੈ ਇਹ ਲੱਗੀ ਹੈ, ਅਤੇ ਉਹ 22 ਲੱਖ ਦੀ ਕੀਮਤ ਲਾ ਕੇ ਅੱਜ ਜਿਹੜੀ ਹੋਟਲਾਈਨ ਜਿਹੜੀ ਉਹ ਸ਼ੁਰੂ ਹੋ ਗਈ ਹੈ। ਸਾਹਮਣੇ ਜਿਹੜਾ ਕਲਾਨੌਰ ਵਿਖੇ 66 KV ਸਬ ਸਟੇਸ਼ਨ ਵਿਖੇ ਇੱਕ ਹੋਟਲਾਈਨ ਦਾ ਪ੍ਰੋਜੈਕਟ ਜਿਹੜਾ ਵਾ ਅੱਜ ਦਾ ਉਦਘਾਟਨ ਕੀਤਾ ਵਾ। ਇੱਥੇ ਕਲਾਨੌਰ ਦੇ ਵਿੱਚ ਜਿਹੜਾ ਹੋਸਪਿਟਲ ਜਿਹੜਾ ਚੱਲਦਾ ਸੀਗਾ, ਇਹ ਜਿਹੜਾ 24 ਆਵਰ ਕਲਾਨੌਰ ਤੋਂ ਇਹਨੂੰ ਸਪਲਾਈ ਮਿਲਦੀ ਸੀਗੀ। ਇਹ ਫੀਡਰ ਕਾਫੀ ਲੰਬਾ ਹੋਣ ਕਰਕੇ ਜਦੋਂ ਵੀ ਇਸ ਫੀਡਰ 'ਤੇ ਟ੍ਰਿਪਿੰਗ ਆਉਂਦੀਆਂ ਸਨ ਤਾਂ ਉਹਦੇ ਨਾਲ ਜਿਹੜਾ ਹੋਸਪਿਟਲ ਦਾ ਜਿਹੜਾ ਸੀਗਾ ਉਹਦੀ ਸਪਲਾਈ ਬੰਦ ਹੋ ਜਾਂਦੀ ਸੀਗੀ, ਜਿਹਦੇ ਕਰਕੇ ਕਿ ਪੇਸ਼ੈਂਟਾਂ ਨੂੰ ਬੜੀ ਦਿੱਕਤ ਆਉਂਦੀ ਸੀਗੀ। ਜਦੋਂ ਮੈਂ ਬਤੌਰ ਇੱਥੇ ਅਸੀਂ ਜੁਆਇਨ ਕੀਤਾ ਤਾਂ ਉਦੋਂ ਸਮੁੱਚੇ ਪੰਚਾਇਤ ਨੇ ਪਲੱਸ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਨੇ ਆਪਣੀ ਦੱਸਿਆ ਕਿ ਇਸ ਪਿੰਡ ਨੂੰ ਆਪਾਂ ਹੋਟਲਾਈਨ ਨੂੰ ਕਰਨਾ ਵਾ। SDO ਖਜਾਨ ਸਿੰਘ ਨੇ, ਐਕਸੀਅਨ ਸਾਹਿਬ ਨੇ, ਅਸੀਂ ਐਸਟੀਮੇਟ ਬਣਾ ਕੇ ਤੁਰੰਤ ਜਿਹੜਾ ਵਾ ਆਪਾਂ ਰੰਧਾਵਾ ਸਾਹਿਬ ਨੂੰ ਦਿੱਤਾ, ਜਿੰਨਾ ਕਿ ਆਪਣੇ ਯੋਰ ਨਾਲ ਪਲੱਸ ਕਰਕੇ ਜਿਹੜਾ 22 ਲੱਖ ਰੁਪਈਆ ਸਾਨੂੰ ਮਹਿਕਮੇ ਦੇ ਖਾਤੇ ਜਮ੍ਹਾਂ ਕਰਾਇਆ, ਜਿਹੜਾ ਕਿ ਅੱਜ ਅਸੀਂ ਹੋਟਲਾਈਨ ਜਿਹੜੀ ਚਾਲੂ ਕਰ ਦਿੱਤੀ ਆ। ਇਸ ਹੋਟਲਾਈਨ ਦੇ ਚਾਲੂ ਹੋਣ ਨਾਲ ਜਿਹੜਾ ਬਲੱਡ ਬੈਂਕ ਸੀਗਾ ਇੱਥੇ ਕਾਫੀ ਦੇਰ ਤੋਂ ਪੈਂਡਿੰਗ ਸੀਗਾ, ਉਹ ਅੱਜ ਜਿਹੜਾ ਇੱਥੇ ਸ਼ੁਰੂ ਹੋ ਜਾਏਗਾ, ਜਿਹਦੇ ਕਰਕੇ ਸਾਰੇ ਖਪਤਕਾਰਾਂ ਨੂੰ ਪਲੱਸ ਖਾਸ ਕਰਕੇ ਮਰੀਜ਼ਾਂ ਨੂੰ ਵੀ ਬੜੀ ਜਿਹੜੀ ਆ ਸਹੂਲਤ ਪ੍ਰਾਪਤ ਹੋਏਗੀ। ਕਲਾਨੌਰ ਤੋਂ ਰਾਜਨ ਸ਼ਰਮਾ ਦੀ ਰਿਪੋਰਟ, ਪੰਜਾਬ ਟੂਡੇ।